दिल्ली विच भारत दे साबका राष्ट्रपति APJ अब्दुल कलाम दे नाम ते कंपीटीशन रिफ्रेशर साइंस रिफ्रेशर ते जन नॉलेज रिफ्रेशर वालों चेयरमैन PS ब्राइट दी अगुवाई विच कंस्टीट्यूशन क्लब दे स्पीकर हॉल विच शानदार समारोह दा आयोजन किया गया। इस दौरान दिल्ली दी साबका मुख्यमंत्री शीला दीक्षित, साबका राज्यसभा मैंबर तलोचन सिंह अते चढ़दी कला टाइम TV दे चेयरमैन सरदार जगजीत सिंह दर्दी ने मुख्य मेहमान वजो शमूलियत की। इस मौके कई उगिया शख्सियतां नूं सन्मानित भी किया गया। ਦੇਸ਼ਬਾਨੀ ਚੈਰੀਟੇਬਲ ਸੁਸਾਇਟੀ ਅਤੇ ਬ੍ਰਾਈਟ ਗਰੁੱਪ ਵੱਲੋਂ ਜੋ ਅਵਾਰਡ ਸੈਰੇਮਨੀ ਕੀਤੀ ਗਈ ਹੈ, ਇਸ ਵਿੱਚ ਬਹੁਤ ਪ੍ਰੋਮੀਨੈਂਟ ਸ਼ਖਸੀਅਤਾਂ ਸ਼ਾਮਿਲ ਹੋਈਆਂ। ਦਿੱਲੀ ਦੇ ਫਾਰਮਰ ਚੀਫ ਮਿਨਿਸਟਰ ਸ਼ੀਲਾ ਦੀਕਸ਼ਿਤ ਜੀ ਨੇ ਆਪਣੇ ਘਰ ਕਮਲਾਂ ਨਾਲ ਸਾਰੇ ਅਵਾਰਡੀਜ਼ ਨੂੰ ਆਨਰ ਕੀਤਾ, ਔਰ ਮੈਂ ਬ੍ਰਾਈਟ ਗਰੁੱਪ ਵੱਲੋਂ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕਰਦਾ ਹਾਂ, ਕਿਉਂਕਿ ਉਹਨਾਂ ਨੇ ਵਿਦਿਆਰਥੀਆਂ ਦੇ ਕੈਰੀਅਰ ਲਈ ਫਿਊਚਰ ਸਿਲੈਕਸ਼ਨ ਵਾਸਤੇ ਜੋ ਕੰਪੀਟੀਸ਼ਨ ਰਿਫਰੈਸ਼ਰ, ਸਾਇੰਸ ਰਿਫਰੈਸ਼ਨ, ਜਨਰਲ ਨੌਲੇਜ ਰਿਫਰੈਸ਼ਰ ਮੈਗਜ਼ੀਨ ਚਲਾਏ ਹੋਏ ਸਨ, ਉਹਨਾਂ ਸਦਕਾ ਹਜ਼ਾਰਾਂ ਨੇ ਲੱਖਾਂ ਸਟੂਡੈਂਟਸ ਨੂੰ ਆਪਣੇ ਜੀਵਨ ਦੇ ਵਿੱਚ ਵੱਖ ਵੱਖ ਕੰਪੀਟੀਸ਼ਨ 'ਚ ਸ਼ਾਮਿਲ ਹੋ ਕੇ ਕਾਮਯਾਬੀਆਂ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਮੈਂ PS ਬ੍ਰਾਈਟ ਜੀ ਨੂੰ, PMS ਬ੍ਰਾਈਟ ਜੀ ਨੂੰ, ਸਾਰਿਆਂ ਨੂੰ ਇਸ ਸ਼ਾਨਦਾਰ ਅਵਾਰਡ ਸੈਰੀਮਨੀ 'ਤੇ ਜੋ ਭਾਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ ਜੀ ਦੇ ਨਾਂ ਦੇ ਉੱਤੇ ਦਿੱਤੇ ਗਏ ਹਨ, ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ ਕਿ ਬ੍ਰਾਈਟ ਪਬਲੀਕੇਸ਼ਨ ਵੱਲੋਂ ਅੱਜ ਇਹ ਜਿਹੜਾ APJ ਅਬਦੁਲ ਕਲਾਮ ਜੀ ਦੇ ਨਾਂ 'ਚ ਇਹ ਅਵਾਰਡ ਦਿੱਤੇ ਹੈ, ਬੜੇ ਅੱਛਾ ਅੱਜ ਪ੍ਰੋਗਰਾਮ ਹੋਇਆ, ਸ਼ੀਲਾ ਜੀ ਆਏ। ਲੇਕਿਨ ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਅਬਦੁਲ ਕਲਾਮ ਜੀ ਦੇ ਨਾਂ ਦੇ ਨਾਲ ਐਸੋਸੀਏਟਡ ਜਿਹੜਾ ਕੋਈ ਅਵਾਰਡ ਹੋਵੇ, ਉਹ ਜਿਹੜਾ ਅਵਾਰਡ ਲੈਣ ਵਾਲਾ ਉਹਨੂੰ ਵੀ ਇਸ ਗੱਲ ਦੀ ਇੰਪੋਰਟੈਂਸ ਹੁੰਦੀ ਕਿ ਮੈਨੂੰ ਜਿਹੜਾ ਅਵਾਰਡ ਮਿਲਿਆ ਕਿਹਦੇ ਨਾਂ ਦਾ ਮਿਲਿਆ, ਕਿਉਂਕਿ ਅਬਦੁਲ ਕਲਾਮ ਇੱਕੋ ਹੀ ਇੰਡੀਆ ਦਾ ਐਸਾ ਰਤਨ ਹੋਇਆ ਜਿਸ ਨੇ ਇੰਡੀਆ ਨੂੰ ਨਿਊਕਲੀਅਰ ਪਾਵਰ ਬਣਾ ਕੇ, ਅਤੇ ਜਿਹਦੇ ਕਰਕੇ ਅੱਜ ਇੰਡੀਆ ਮਜ਼ਬੂਤ। ਔਰ ਉਸ ਵਕਤ ਮੈਂ ਇਹ ਵੀ ਨਹੀਂ ਭੁੱਲਦਾ ਕਿ ਇਹਨੂੰ ਵਾਜਪਾਈ ਜੀ ਨੇ ਰਾਸ਼ਟਰਪਤੀ ਬਣਾਇਆ, ਤੋ ਇਹ ਇੱਕ ਐਸੀ ਮਿਸਾਲ ਦਿੱਤੀ ਕਿ ਹਿੰਦੁਸਤਾਨ ਸਭ ਧਰਮਾਂ ਦਾ ਸਾਂਝਾ ਔਰ ਇੱਥੇ ਸਾਰੇ ਧਰਮ ਬਰਾਬਰ। ਇਸ ਕਰਕੇ ਬ੍ਰਾਈਟ ਗਰੁੱਪ ਨੇ, ਸਰ ਪ੍ਰੀਤਮ ਸਿੰਘ ਹੋਰ ਜਿਨ੍ਹਾਂ ਨੇ ਅੱਜ ਇਹ ਸ਼ੋਅ ਕੀਤਾ, ਇਹ ਮੈਂ ਸੁਣਨਾ ਕਿ ਬਹੁਤ ਵੱਡਾ ਇਹਨਾਂ ਨੇ ਇੱਕ ਉਪਰਾਲਾ ਕੀਤਾ ਹੈ ਕਿ ਅਬਦੁਲ ਕਲਾਮ ਜੀ ਦੇ ਨਾਂ ਨੂੰ ਸਾਰਿਆਂ ਤੱਕ ਪਾਪੂਲਰ ਹੋਵੇ, ਔਰ ਜਿੰਨੇ ਲੋਕਾਂ ਨੇ ਅਵਾਰਡ ਲਏ ਉਹ ਸਾਰੇ ਹੀ ਵੈਰੀ ਇੰਪੋਰਟੈਂਟ ਪੀਪਲ, ਸੋ ਇਹ ਬਹੁਤ ਅੱਛਾ ਲੱਗਿਆ। ਜਦੋਂ ਕਿਸੇ ਨੂੰ ਜੀ ਅਵਾਰਡ ਮਿਲਦਾ ਜੀ, ਬੜੀ ਖੁਸ਼ੀ ਹੁੰਦੀ ਹੈ। ਸਭ ਤੋਂ ਪਹਿਲੇ ਤਾਂ ਮੈਂ ਇਹ ਜਿਹੜਾ ਅਵਾਰਡ ਔਰਗਨਾਈਜ਼ ਕੀਤਾ ਉਹਨਾਂ ਨੂੰ ਬਹੁਤ ਮੁਬਾਰਕਬਾਦ ਦੇਵਾਂਗਾ ਜਿਨ੍ਹਾਂ ਨੇ ਇੰਨਾ ਅੱਛਾ ਨਾਮ ਸੋਚਿਆ, ਇੰਨਾ ਅੱਛਾ ਕੌਨਸੈਪਟ ਸੋਚਿਆ, ਅਤੇ ਮੈਂ ਪੂਰੀ ਟੀਮ ਨੂੰ ਬਹੁਤ ਬਹੁਤ ਥੈਂਕਸ ਕਹਾਂਗਾ ਕਿ ਮੈਨੂੰ ਇਸ ਕਾਬਲ ਸਮਝਿਆ ਕਿ ਮੈਨੂੰ ਇੱਥੇ